ਤਿਲ ਤਿਲ ਕਰਕੇ ਕਟੀਏ ਧਾਰਨਾ ਪੜਿਓ ਪਿਆਰ ਦੇਣਾ ਹਰਿਆ ਜਬ ਵਿਸਰਿਆ ਗੋਬਿੰਦ ਰਾਏ ਦਿਨੋ ਦਿਨ ਘਟੀਏ। ਜਿਹੜੀ ਰਸਨਾ ਨਾਮ ਨਾ ਜਪਦੀ, ਜਿਹੜੀ ਰਸਨਾ ਰਸਨਾ ਨਾਮ ਨਾ ਜਪਦੀ, ਤਿਲ ਤਿਲ ਕਰ ਕਟੀਏ ਹਰਿਆ ਹਰਿਆ ਤਿਲ ਤਿਲ ਕਰ ਕੱਟੀਏ ਜਿਹੜੀ ਰਸਨਾ ਗੱਜ ਕੇ ਰਸਨਾ ਨਾਮ ਨਾ ਜਪਦੀ, ਜਿਹੜੀ ਰਸਨਾ ਰਸਨਾ ਨਾਮ ਨਾ ਜਪਦੀ, ਤਿਲ ਤਿਲ ਕਰ ਕੱਟੀਏ ਹਰਿਆ ਹਰਿਆ ਤਿਲ ਤਿਲ ਕਰ ਕੱਟੀਏ ਜਿਹੜੀ ਰਸਨਾ। ਰਸਨਾ ਨਾਮ ਨਾ ਜਪਦੀ, ਜਿਹੜਾ ਨਾਮ ਨਾ ਜਪਦੀ ਰਸਨਾ ਨਾਮ ਨਾ ਜਪਦੀ ਨਾਮ ਨਾ ਜਪਦੀ, ਜਿਹੜੀ ਰਸਨਾ ਰਸਨਾ ਨਾਮ ਨਾ ਜਪਦੀ, ਤਿਲ ਤਿਲ ਕਰ ਕੱਟੀਏ ਹਰਿਆ ਹਰਿਆ ਤਿਲ ਤਿਲ ਕਰ ਕੱਟੀਏ ਜਿਹੜੀ ਰਸਨਾ। ਤਿਲ ਤਿਲ ਕਰ ਕੱਟੀਏ ਹਰ ਪਾਈ ਰਸਨਾ ਨਾਮ ਨਾ ਆ ਇਸ ਦੇਹੀ ਦਾ ਭਲਾ ਕਿਵੇਂ ਹੋਊਗਾ, ਕੱਲੇ ਕੱਲੇ ਅੰਗ ਤੱਕ ਉਪਦੇਸ਼ ਮਿਲ ਰਿਹਾ ਔਰ ਮਾਨਸ ਜਨਮ ਦੁਲਭ ਜਨਮ ਦੀ ਵਸਤੂ ਵਸਤ ਵਿਚਾਰ ਹੋ ਰਹੀ ਸੀ। ਮਾਨਸ ਜਨਮ ਸਫਲ
ਇਨ ਸੁਖ ਕਿੱਥੇ ਹੈ? ਜਿਸ ਸੁਖ ਕੋ ਨਿਤ ਬਾਂਛੇ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਤੋ ਮਾਨਸ ਜਨ ਸਫਲ ਕੈਸੇ ਹੋਏਗਾ? ਸਫਲ 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 ਪਈ ਯਾਤਰਾ, ਮਿਲੇ ਸਾਧਾ, ਸਾਧੂਆਂ ਦੀ ਸੰਗਤ ਕਰਕੇ ਸਫਲ ਹੋਏ। ਪਈ ਪ੍ਰਾਪਤ ਮਾਨੁਕ ਦੇਹੁਰੀਆ, ਗੋਬਿੰਦ ਮਿਲਣ ਕੀ ਬਰੀਆ। ਬਾਰੀ ਹੈ, ਚਾਂਸ ਹੈ, ਰੋਲ ਹੈ, ਟਾਈਮ ਹੈ, ਗੋਲਡਨ ਚਾਂਸ, ਸੁਨਹਿਰੀ ਮੌਕਾ ਮਿਲ ਗਿਆ ਤੈਨੂੰ। ਅਬ ਤੂੰ ਸੀਜ ਪਾਵੇ ਨੇ ਸੀਜ, ਹੁਣ ਤੂੰ ਸਮੇਂ ਚਾਹੇ ਨਾ ਸਮਝੇ, ਹੁਣ ਤੂੰ ਜਾਣ ਚਾਹੇ ਨਾ ਜਾਣ, ਚਾਹੇ ਭੁੱਲ ਕੇ ਸੌ ਲੈ, ਕਿੰਨਾ ਕੁ ਚਿਰ ਸੌ ਲੇਗਾ? ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋੜ ਪਸਾਰ। ਰੱਜ ਕੇ ਸੌ ਲਈ ਫਿਰ ਤੂੰ, ਤੈਨੂੰ ਸੁੱਤੇ ਨੇ ਜਗਾਉਣਾ ਨਹੀਂ। ਰੱਜ ਕੇ ਸੋਨੀ, ਰੱਜ ਕੇ ਬਾਣੀ ਤੈਨੂੰ ਵਾਰ ਵਾਰ ਜਗਾਉਂਦੀ ਹੈ, ਆਵਾਜ਼ਾਂ ਦਿੰਦੀ ਹੈ। ਜਾਗਲੇ ਹੋ ਰਹੇ ਮਨਾ, ਜਾਗਲੇ ਹੋ। ਵਾਹ ਵਾਹ, ਜਿਸ ਪਿਆਰ ਵਿੱਚ ਤੈਨੂੰ ਕਿਸੇ ਨੇ ਜਗਾਉਣਾ ਨੀ, ਰੱਜ ਕੇ ਸੌਲੀ, ਰੱਜ ਕੇ ਤੈਨੂੰ ਸੁੱਤੇ ਨੇ ਜਗਾਉਣਾ ਨੀ, ਤੈਨੂੰ ਕਿਸੇ ਨੇ ਜਗਾਉਣਾ ਨੀ, ਰੱਜ ਕੇ, ਰੱਜ ਕੇ ਸੌਲੀ। ਕਿਸੇ ਜਗਾਉਣਾ ਨਾ, ਰੱਜ ਕੇ ਸੋਨੀ ਗਾਫਲਾ, ਸੋਨੀ ਤੈਨੂੰ ਕਿਸੇ ਨੇ ਜਗਾਉਣਾ ਨੀ, ਰੱਜ ਕੇ ਗਾਫਲਾ, ਸੋਨੀ ਵੀਰ ਸੂਤਾ ਕਿਆ ਕਰੇ, ਉੱਠ ਕੇ ਇੱਕ ਦਿਨ ਸੋਵਨ ਹੋਏ ਜਾਗਲੇ ਹੋ। ਹੁਣ ਧਿਆਨ ਨਾਲ ਮਾਨਸ ਜਨਮ ਸਫਲ ਕਿਵੇਂ ਕਰਨਾ ਹੈ, ਮੈਂ ਇਸ 'ਤੇ ਬੋਲਦਾ ਸੀ। ਡੇਢ ਘੰਟਾ ਹੋ ਗਿਆ, ਐਂ ਲੱਗਦਾ ਜਿਵੇਂ ਹੁਣੇ ਸ਼ੁਰੂ ਕੀਤਾ ਹੁੰਦਾ। ਆ ਸੰਗਤਾਂ ਲਾਹੇ ਖੱਟ ਰਹੇ ਹੋ। ਹਾਂ ਮਰਦਾਨਿਆਂ,
ਕੀ ਕਹਿ ਰਹੇ ਹਾਂ, ਸੱਤ ਕਰੇ ਦੇ ਅਮੀਰ ਨੂੰ ਬਿਲਡਿੰਗਾਂ ਵਿਭੂਤੀ ਬਹਿ ਕੇ ਗਿਣ ਚੁੱਕਿਆ, ਗਿਣ ਦਿੱਤੀ, ਕਿੰਨੀ ਕੁ ਗਿਣੀ, ਇਤਨਾ ਕੁ ਖਟੀਆ ਗਠੀਆ ਮਟੀਆ, ਤੇਰੀ ਖੱਟਤ ਰੋਜ਼ ਦੀ ਇਨਕਮ ਆਮਦਨ ਕਿਤਨੀ ਕੁ ਹੈ, ਤੇਰੇ ਗੱਠ ਕਿਤਨਾ ਕੁ ਬੰਨਿਆ ਹੋਇਆ ਹੈ, ਬੈਂਕ 'ਚ ਕਿਤਨਾ ਕੁ ਜਮ੍ਹਾਂ ਹੈ, ਮਟੀਆ ਮਿੱਟੀ 'ਚ ਮੱਟੀਆਂ 'ਚ ਪਾ ਪਾ ਕੇ ਤਨ ਕਿੰਨਾ ਕੁ ਦੱਬਿਆ ਹੈ, ਸੰਗ ਨਾ ਕਛੂ ਲੈ ਜਾਏ, ਉੱਥੇ ਹੀ ਰਹਿ ਜਾਣਾ, ਲੈ ਜੀ ਨਾਲ ਭਰ ਕੇ ਤੂੰ। ਕਾਰੂ ਅਤੇ ਹਾਰੂ ਦੀ ਕਥਾ ਸੁਣੀ ਹੈ ਨਾ, ਗੰਜ ਕੇ ਬੋਲੋ ਸਾਸ, ਕਬੀਰ ਸੂਤਾ ਕਿਆ ਕਰੇ। ਬਾਬਾ ਜੀ ਪੁੱਛਦੇ ਮਰਦਾਨੇ ਕੀ ਕਹਿਣੇ, ਕਿਤਨੇ ਟਹਿਲੂਏ ਲੱਗੇ ਨੇ, ਕੋਈ ਪੱਖੀਆਂ ਚੱਲ ਰਹੇ, ਆ ਬਿਜਲੀ ਤਾਂ ਹੁਣ ਆਈ ਹੈ, ਦੁਕਾਨਾਂ ਵਿੱਚ ਦੇਖਿਆ ਸੀ, ਸ਼ਾਹੂਕਾਰਾਂ ਦੇ ਦੇਖਿਆ, ਅਮੀਰਾਂ ਦੇ ਦੇਖਿਆ, ਮੈਂ ਖੁਦ ਪੱਖੇ ਦੂਏ ਲਾਏ ਹੁੰਦੇ, ਇੱਕ ਰੀਲ ਪਾਈ ਹੁੰਦੀ, ਇੱਕ ਨੌਕਰ ਰੱਖਿਆ ਹੁੰਦਾ, ਚੱਲਣ 'ਤੇ ਖਿੱਚੀ ਜਾ ਚੱਲੀ ਜਾ, ਉਹਦੀ ਦਿਹਾੜੀ ਪੈ ਜਾਂਦੀ ਸੀ ਨੌਕਰ 'ਚ, ਪੱਖੇ ਲੱਗੇ ਨੇ ਇਹਦੇ ਚੱਲਦੇ ਨੇ ਇਹਨੂੰ, ਪਾਰਕਾਂ ਲੱਗੀਆਂ ਨੇ, ਬਣਗੇ ਸੁੰਦਰ ਲੱਗੇ ਨੇ। ਹਜ਼ੂਰ ਪੰਚਮ ਪਾਤਸ਼ਾਹ ਕਿਹਾ, ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਏਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣ ਦਾ ਕੁਛ ਨਾਹੇ ਵਿਸੂਰੇ, ਸੋ ਪ੍ਰਭ ਚਿਤ ਨ ਆਵਈ, ਜੇ ਅਜੇ ਵੀ ਤੇਰੇ ਪਰਮੇਸ਼ਰ ਯਾਦ ਨੇ ਜਿਹਨੇ ਇੰਨੀਆਂ ਦੌਲਤਾਂ ਦੇ ਦਿੱਤੀਆਂ, ਬਿਸਟਾ ਕੇ ਕੀੜੇ, ਬਿਸਟਾ ਦਾ ਕੀੜਾ ਉਹ ਨਾਮ ਵਿਸਾਰ ਕੇ ਐ, ਉਹ ਨਾਮ ਵਿਸਾਰ ਕੇ ਬਿਸਟਾ ਦਾ ਕੀੜਾ ਬਣਦਾ, ਨਾਮ ਵਿਸਾਰ ਕੇ ਰਿਸ਼ਤਾ ਦਾ ਕੀੜਾ ਬਣਦੇ, ਨਾਮ ਵਿਸਾਰ ਕੇ ਬਿਸ਼ਟਾਂ ਦਾ ਕੀੜਾ ਬਣਦਾ, ਨਾਮ ਵਿਸਾਰ ਕੇ ਬਿਸ਼ਟਾਂ ਦਾ ਕੀੜਾ ਬਣਦਾ, ਸੋ ਪ੍ਰਭ ਚਿਤ ਨ ਆਵਈ, ਬਿਸ਼ਟਾ ਕੇ ਕੀੜੇ,
ਪਰ ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਵਿਧ ਮਨ ਧੀਰੇ। ਬੜੀ ਟੈਂਸ਼ਨ, ਕਮੜਾ ਹੋਇਆ ਪਿਆ, ਕਮੜਾ, ਦਵਾਈਆਂ ਖਾ ਖਾ ਡਾਕਟਰਾਂ ਦੇ ਜਾ ਜਾ, ਹਾਏ ਨੀਂਦ ਨਹੀਂ, ਹਾਏ ਨੀਂਦ। ਮੈਂ ਕਹਿੰਦਾ ਉਹਨਾਂ ਨੀਂਦ ਤੋਂ ਲੈਣਾ ਹੀ ਕੀ ਹੈ, ਲੈਣਾ ਹੀ ਕੀ ਹੈ।